ਔਰ ਮਹਿੰਗਾਈ ਵੀ ਵੱਧ ਗਈ ਹੈ ਇਸ ਵਾਸਤੇ ਜਿਹੜੀਆਂ ਸਾਸੀ ਕਮਰਸ਼ੀਅਲ ਫਸਲਾਂ ਲਾ ਰਹੇ ਆ ਜਿੰਦੇ ਵਿੱਚ ਗੰਦਮ ਹੈ ਮਕਈ ਹੈ ਕਮਾਦ ਹੈ ਉਹਦੇ ਤੋਂ ਉਹਨਾਂ ਪ੍ਰੋਫਿਟ ਨਹੀਂ ਆ ਰਿਹਾ ਖਰਚੇ ਜ਼ਿਆਦਾ ਵੱਧ ਗਏ ਫਾਰਮਰ ਅੱਜ ਇਹ ਸੋਚ ਰਿਹਾ ਹੈ ਵੀ ਸਾਨੂੰ ਖੇਤੀਬਾੜੀ ਦੇ ਵਿੱਚ ਕਿਹੜੀ ਤਬਦੀਲੀ ਲੈ ਕੇ ਆਣੀ ਚਾਹੀਦੀ ਹੈ ਜਿੰਦੇ ਨਾਲ ਅਸੀਂ ਰੈਵਨਿਊ ਜ਼ਿਆਦਾ ਜਨਰੇਟ ਕਰ ਲਈਏ ਪ੍ਰੋਫਿਟ ਜ਼ਿਆਦਾ ਲੈ ਲਈਏ ਅੱਜ ਅਸੀਂ ਇੱਕ ਨਵੀਂ ਫਸਲ ਦੇ ਵਿੱਚ ਮੌਜੂਦ ਹੈ ਫਸਲ ਤਾਂ ਪੁਰਾਣੀ ਹੈ ਲੇਕਿਨ ਜ਼ਿਲ੍ਹਾ ਉਕਾੜਾ ਦੇ ਵਿੱਚ ਚੰਦ ਲੋਕ ਹੀ ਲਾਉਂਦੇ ਹਨ ਫਸਲ ਦਾ ਨਾਮ ਹੈ ਗਲੇਡ ਹੈ ਇੰਦੇ ਇਸਤੇਮਾਲ ਜਿਹੜਾ ਹੈ ਉਹ ਖੂਬਸੂਰਤੀ ਵਾਸਤੇ ਗੁਲਦਸਤੇਾਂ ਵਿੱਚ ਗੁਲਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਇਹਦਾ ਫੁੱਲ ਜਿਹੜਾ ਕਾਸ਼ਤ ਕੀਤਾ ਜਾਂਦਾ ਹੈ ਔਰ ਇਹਦਾ ਨਫਾ ਵੀ ਬਹੁਤ ਜ਼ਿਆਦਾ ਹੈ ਔਰ ਨਫਾ ਇਹਦਾ ਕਿਵੇਂ ਕੈਲਕੂਲੇਟ ਕਰਨੇ ਹੈ ਕਿੰਨਾ ਲੈ ਰਹਿਣ ਸਾਡੇ ਨਾਲ ਫਾਰਮਰ ਮੌਜੂਦ ਹਨ ਅਸੀਂ ਉਹਨਾਂ ਕੋਲ ਇਹ ਸਾਰੇ ਮਾਲੂਮਾਤ ਲੈਨੇ ਹੈ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਕਰਨਾਲੇ ਸਟੇਟ 21 ਆਰ ਵੀ ਅੱਛਾ ਤਕਰੀਬਨ 4.5 ਲੱਖ ਰੁਪਈਆ ਔਰ ਵੇਚਣ ਤੋਂ ਬਾਅਦ ਨਫਾ ਕਿੰਨਾ ਆ ਜਾਂਦਾ 20 ਤੋਂ ਬਗੈਰ ਅੰਦਾਜ਼ 8.5 ਤੋਂ 9 ਲੱਖ ਰੁਪਈਆ ਜੀ ਅੱਛਾ ਤੇ ਕਿੰਨੇ ਮਹੀਨਿਆਂ ਦੀ ਫਸਲ ਹੈ ਚਾਰ ਮਹੀਨੇ ਦੀ ਚਾਰ ਮਹੀਨੇ ਦੀ ਫਸਲ ਹੈ ਜ਼ਮੀਨ ਦੀ ਜਿਹੜੀ ਤਿਆਰੀ ਹੈ ਉਹਦੇ ਵਿੱਚ ਕਿੰਨੀ ਖਾਦ ਪੈਂਦੀ ਹੈ ਦੂਜੀਆਂ ਫਸਲਾਂ ਤੋਂ ਮੁxtਲਫ ਹੈ ਜਾਂ ਦੂਸਰੀਆਂ ਫਸਲਾਂ ਆਮ ਤਰ੍ਹਾਂ ਹੀ ਗੱਡੀ ਜਾ ਸਕਦੀ ਹੈ ਤਕਰੀਬਨ 2 ਡੀਏਪੀ ਇੱਕ ਪੋਟਾਸ਼ ਹਮ ਠੀਕ ਹੈ ਇੱਕ ਗੁਵਾਰਾ ਅਸੀਂ ਪਾਉਣ ਤੋਂ ਪਹਿਲੇ ਜਿਹੜਾ ਇਹਨੂੰ ਬੀ ਬਲਾਂ ਤੋਂ ਪਹਿਲੇ ਲਾਣੇ ਅੱਛਾ ਇਹਦੀਆਂ ਜੀ 9 ਤੋਂ 10 ਕਟਾਈਆਂ ਅਸੀਂ ਕਰ ਲਈਆਂ ਨੇ ਅੱਛਾ ਇਹ ਤਰਤੀਬ ਬਈ ਤਰਤੀਬ ਜਿਹੜਾ ਇਹ ਫੁੱਲ ਜਿਵੇਂ ਜਿਵੇਂ ਖਿੜਦਾ ਜਾਂਦਾ ਅਸੀਂ ਕਟਾਈ ਕਰਦੇ ਜਾਂਦੇ ਹਾਂ ਨਾਰਮਲ ਰੂਟੀਨ ਵਿੱਚ ਕਿੰਨੇ ਦਿਨਾਂ ਵਿੱਚ ਕਟਾਈ ਹੋ ਜਾਂਦੀ ਹੈ? ਤਕਰੀਬਨ 2 ਤੋਂ 3 ਹਫ਼ਤੇ ਬਾਅਦ ਦਿਨਾਂ ਬਾਅਦ ਇੱਕ ਕਟਾਈ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਛਾ। ਆਮ ਬੰਦਾ ਜਿਹੜਾ ਸਾਨੂੰ ਸੁਣ ਰਿਹਾ ਹੈ ਜਿਨੇ ਗਲੈਡ ਪਹਿਲੇ ਨਹੀਂ ਲਾਇਆ ਉਹਨੂੰ ਇਹ ਦੱਸੋ ਵੀ ਗਲੈਡ ਕਿਵੇਂ ਲਾਇਆ ਜਾ ਸਕਦਾ ਹੈ, ਤਰੀਕਾ ਕਾਸ਼ਤ ਕੀ ਹੈ, ਪਾਣੀ ਕਿੰਨੇ ਲੱਗਦੇ ਹਨ? ਪਾਣੀ 6 ਤੋਂ 7 ਲੱਗ ਜਾਂਦੇ ਜੀ। ਠੀਕ ਹੈ। ਠੀਕ ਹੈ। ਪਹਿਲਾ ਪਾਣੀ ਹਫ਼ਤੇ ਬਾਅਦ ਲਾਣਾ ਜੀ। ਹੂੰ। ਠੀਕ ਹੈ। ਦੂਸਰਾ ਜ਼ਮੀਨ ਦੀ ਨਮੀ ਦੇ ਹਿਸਾਬ ਨਾਲ ਪਾਣੀ ਲਾਣਾ ਹੈ। ਤੁਹਾਡੀ ਜ਼ਮੀਨ 'ਚ ਨਮੀ ਹੈਗੀ ਉਹਨੂੰ 12 ਦਿਨਾਂ ਬਾਅਦ ਕਰ ਲਓ, 15 ਦਿਨਾਂ ਬਾਅਦ ਕਰ ਅੱਛਾ ਇਹਦਾ ਲਾਣ ਦਾ ਤਰੀਕਾ ਕਰ ਕੀ ਹੈ ਕਿਵੇਂ ਲੱਗ ਰਿਹਾ ਇਹਨੂੰ ਭਾਜੀ ਇਹ ਤਕਰੀਬਨ ਹਰ ਵੈਰੈਟੀ ਨਾਲ ਹੀ ਲੱਗ ਸਕਦਾ ਹ ਹ ਕੋਈ ਬੰਦੇ ਜੰਦਰੇ ਦੀਆਂ ਵਟਾਂ ਕੱਢ ਲੈਂਦੇ ਨੇ ਠੀਕ ਹੈ ਉਹ ਚੋਪਾ ਲਾ ਲੈਂਦੇ ਨੇ ਠੀਕ ਹੈ ਠੀਕ ਹੈ ਤੇ ਆਮ ਬੰਦੇ ਕੀ ਕੰਮ ਕਰਦੇ ਨੇ ਜਿਵੇਂ ਰੇਜਰ ਨਾਲ ਆਪਾਂ ਆਲੂ ਕੇਰਨੇ ਆ ਠੀਕ ਉਮੇ ਅਸੀਂ ਵਿੱਚ ਨਿਸ਼ਾਨ ਲਾ ਕੇ ਇੱਕ ਇੱਕ ਦਾਣਾ ਕਰਕੇ ਜੋੜ ਕੇ ਠੀਕ ਮਿੱਟੀ ਪਾ ਦਿੰਨੇ ਆ ਠੀਕ ਇਹਦਾ ਇੱਕ ਕਿੱਲੇ ਲਾਣ ਵਾਸਤੇ ਕਿਤਨਾ ਬੀਜ ਦਰਕਾਰ ਹੈ ਤਕਰੀਬਨ 15 ਤੋਂ 18 ਮਾਣ 15 ਤੋਂ 18 ਮਾਣ ਇਹ ਦੀ ਕੀਮਤ ਕਿੰਨੀ ਬਣ ਜਾਂਦੀ ਬੀਜ ਦੀ ਤਕਰੀਬਨ 4.5 ਲੱਖ ਰੁਪਇਆ ਇੱਕ ਕਿੱਲੇ ਦਾ ਬੀਜ ਤਾਂ ਬਣ ਜਾਂਦਾ ਹਾਂਜੀ ਅੱਛਾ ਅਗਰ ਤੁਸੀਂ ਮੁੱਲ ਲੈਣਾ ਹੋਵੇ ਉਹ ਤੁਹਾਨੂੰ 8 ਤੋਂ 10 ਰੁਪਏ ਦਾਣਾ ਮਿਲੇਗਾ ਪਰ ਦਾਣਾ ਮਿਲੇਗਾ ਠੀਕ ਹੈ ਠੀਕ ਹੈ ਉਹ ਕੁਆਲਿਟੀਾਂ ਦੇ ਹਿਸਾਬ ਨਾਲ ਹੋਏਗਾ ਉਹ ਐ ਟਾਈਮ ਛੋਟਾ ਸਾਈਜ਼ ਵੀ ਹੈ بڑا ਸਾਈਜ਼ ਵੀ ਹੈ ਠੀਕ ਹੈ ਉਸ ਤੋਂ بڑا ਸਾਈਜ਼ ਵੀ ਹੈ ਠੀਕ ਹੈ ਜਿੱਦਾਂ ਸਾਈਜ਼ ਛੋਟਾ ਹੋਏਗਾ ਉਹਦਾ ਰੇਟ ਵੱਜ ਜਾਏਗਾ ਅੱਛਾ ਤੋਂ ਉਹਦਾ ਵਜ਼ਨ ਵੱਜ ਜਾਂਦਾ ਜੀ ਹੂੰ ਹੂੰ ਅੱਛਾ ਜਿਵੇਂ ਆਲੂ ਆ ਜਾਵਣ ਤਾਂ ਉਹਦਾ ਰੇਟ ਘਟ ਹੋ ਜਾਂਦਾ ਇਹਦੀ ਮਾਰਕੀਟ ਕਿਵੇਂ ਹੈ ਕਿੱਥੇ ਕਿੱਥੇ ਵਿਕਦਾ ਹੈ ਅਗਰ ਆਮ ਬੰਦਾ ਲਾ ਲੈਂਦਾ ਹੈ ਤੇ ਉਹਨੂੰ ਕਿਹੜੀ ਮਾਰਕੀਟ ਵਿੱਚ ਵੇਚਣਾ ਪੈਗਾ ਇੱਥੋਂ ਆ ਕੇ ਖਰੀਦ ਲੈਣੇ ਲੋਕ ਜਾਂ ਵੇਚਣਾ ਪੈਂਦਾ ਇੱਥੋਂ ਆਣ ਕੇ ਵੀ ਖਰੀਦ ਲੈਣਦੇ ਲੋਕ ਲੇਕਿਨ ਇਹਦੀ ਪੱਤੋ ਬੜੀ ਵੱਡੀ ਮੰਡੀ ਮਸ਼ਹੂਰ ਹੈ ਠੀਕ ਹੈ ਜਿਵੇਂ ਆਪਨੇ ਜ਼ਿਲ੍ਹੇ ਉਕਾੜਾ ਵਿੱਚ ਸਬਜ਼ ਮੰਡੀ ਹੈ ਨਾ ਇਹ ਉਕਾੜਾ ਦੇ ਪੱਤੋ ਦੇ ਵਿੱਚ ਇਹਦੀ ਮੰਡੀ ਲੱਗਦੀ ਸਹੀ ਰੋਜ਼ਾਨਾ ਇਹਦੀ ਬੋਲੀ ਹੁੰਦੀ ਹੈ ਹਰ ਕਿਸਮ ਦਾ ਪੱਤਾ ਉੱਥੇ ਆਂਦਾ ਹੀ ਸਹੀ ਠੀਕ ਹੈ ਤਕਰੀਬਨ ਕਰਾਚੀ ਤੱਕ ਮਾਲ ਬਾਹਰ ਤੱਕ ਇਹਦੇ ਤੋਂ ਜਾ ਰਿਹਾ ਅੱਛਾ ਤੁਸੀਂ ਇਹ ਦੱਸੋ ਜਿਹੜਾ ਇਹਦੇ ਵਿੱਚ ਗਾਹ ਹੋ ਗਿਆ ਹੁਣ ਤਾਂ ਚੁੰਕਿ ਫਸਲ ਤੁਸੀਂ ਖਤਮ ਕਰ ਰਹੇ ਹੋ ਤਾਂ ਗਾਹ ਹੋ ਗਿਆ ਗਾਹ ਉਗਣ ਦਾ ਕੀ ਹਾਲ ਤੁਸੀਂ ਕਰਦੇ ਹੋ ਅਸੀਂ ਇਹਦੇ ਜੇ ਪੈਂਡੀ ਇਸਤੇਮਾਲ ਕਰਨੇ ਚਵੀਆਂ ਕਾਂਡਿਆਂ ਤੇ ਬੀਜ ਲਗਾ ਕੇ ਬੀਜ ਲਗਾ ਕੇ ਪਹਿਲੇ ਪਾਣੀ ਤੇ ਪੈਂਡੀ ਲਾਤੀ ਅੱਛਾ ਠੀਕ ਹੈ ਅਗਰ ਕੋਈ ਬੰਦਾ ਪੈਂਡੀ ਇਸਤੇਮਾਲ ਨਾ ਕਰ ਸਕੇ ਤੇ ਇਹਨੂੰ ਉਤੋਂ ਵੀ ਸਪਰੇ ਹੋ ਜਾਂਦਾ ਜਿਵੇਂ ਮਕਈ ਵਿੱਚ ਹੋ ਜਾਂਦਾ ਉੱਗੇ ਹੋਏ ਗਾਹ ਤੇ ਹੋ ਜਾਂਦਾ ਹੈ ਜੀ ਉਹਨੂੰ ਅਸੀਂ ਕਰਨੇ ਆ ਪੈਰਾ ਕਾਟ ਸਹੀ ਉਨਾਂ ਨੂੰ ਇਹ ਬੁਟੇ ਨੂੰ ਨੁਕਸਾਨ ਨਹੀਂ ਪੈਰਾ ਗਾਰਡ ਅਸੀਂ ਇਸ ਤਰੀਕੇ ਕਰਨੇ ਆ ਸ਼ੀਟ ਲਾ ਕੇ ਇੱਕ ਇੱਕ ਖੇਲੀ ਨੂੰ ਥਲੇ ਰੱਖ ਕੇ ਅੱਛਾ ਇਹਦੇ ਵਿੱਚ ਬਿਮਾਰੀਆਂ ਕਿਹੜੀਆਂ ਕਿਹੜੀਆਂ ਆ ਜਾਂਦੀਆਂ ਬਿਮਾਰੀਆਂ ਨੂੰ ਜਿਆਦੀ ਸੁੰਢੀ ਇਸਤੇਮਾਲ ਕਰਦੀ ਅੱਛਾ ਠੀਕੇ ਸੁੰਢੀ ਤੋਂ ਬਾਅਦ ਇਹਨੂੰ ਜਿਹੜਾ ਹੈ ਨਾ ਇਹ ਤਸਾਉ ਪੈ ਜਾਂਦਾ ਹੈ ਸੁੰਢੀ ਜਿਹੜੀ ਹੈ ਜਿਆਦਾ ਜਦੋਂ ਇਹ ਹੁੰਦਾ ਨਾ ਕੋਲਾ ਜੀ ਉਦੋਂ ਪੈਂਦੀ ਹੈ ਜਾਂ ਫੁੱਲ ਧਣ ਤੇ ਪੈਂਦੀ ਹੈ ਸਹੀ ਹੈ ਤਸਾਉ ਜਦੋਂ ਤਕਰੀਬਨ ਜ਼ਮੀਨ ਤੋਂ ਬਾਹਰ ਨਿਕਲ ਆਉਂਦਾ ਹੈ ਉਦੋਂ ਜਿਹੜਾ ਦਾਣਾ ਕਮਜ਼ੋਰ ਹੋਵੇ ਉਹਨੂੰ ਸਲਜਾਉ ਪੈ ਜਾਂਦਾ ਹੈ ਪੈਦਾਵਾਰ ਜ਼ਿਆਦਾ ਲੈਣ ਦਾ ਵੀ ਕੋਈ ਫਾਰਮੂਲਾ ਹੈ ਇਹਦੇ ਵਿੱਚ ਕੋਈ ਪੋਟਾਸ਼ ਪੈਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਖਾਦਾਂ ਇਸਤੇਮਾਲ ਕਰਕੇ ਪੈਦਾਵਾਰ ਜ਼ਿਆਦਾ ਵੀ ਲਈ ਜਾ ਸਕਦੀ ਜ਼ਿਆਦਾ ਵੀ ਲਈ ਜਾਂਦੀ ਏ ਇਹ ਜ਼ਮੀਨ ਤੇ ਮੁਨਸਰ ਹੁੰਦਾ ਜੀ ਠੀਕ ਹੈ ਆ ਇਹ ਆਪਣੀ ਜ਼ਮੀਨ ਜਿਹੜੀ ਹੈ ਕਲਰਾਠੀ ਹੈ ਪੱਕੇ ਵੱਟਦੀ ਹੈ ਜਾਂ ਬੁਰਬਰੀ ਹੈ ਕਿਸ ਤਰ੍ਹਾਂ ਦੀ ਇਹ ਬੁਰਬਲੀ ਜ਼ਮੀਨ ਹੈ ਮਿੱਠਾ ਪਾਣੀ ਹੈ ਹਾਂ ਠੀਕ ਹੈ ਨਹਿਰੀ ਪਾਣੀ ਇਥੇ ਆ ਮੇਗਾ ਇਸ ਵਜ੍ਹਾ ਤੋਂ ਸਾਨੂੰ ਝਾੜ ਬਹੁਤ ਅੱਛਾ ਦੇ ਰਹੀ ਕਿਸਾਨ ਵੀਰੋ ਅਸਲ ਵਿੱਚ ਗੱਲ ਇਹ ਹੈ ਕਿ ਸਾਡਾ ਮਕਸਦ ਇਹ ਹੈ ਕਿ ਅਸੀਂ ਤੁਹਾਡੇ ਵਾਸਤੇ ਫਾਇਦੇਮੰਦ ਵੀਡੀਓਜ਼ ਲੈ ਕੇ ਆਏ ਗਲੈਡ ਜਿਹੜਾ ਹੈ ਇਹ ਪੂਰੀ ਦੁਨੀਆ ਵਿੱਚ ਗੁਲਾਬ ਤੋਂ ਬਾਅਦ ਜ਼ਿਆਦਾ ਫੁੱਲਿਆਂ ਦਾ ਵਿਕਦਾ ਹੈ ਇਹ ਸ਼ਾਦੀਆਂ ਵਿਆਹਾਂ ਤੇ ਜਿਹੜੇ ਗੁਲਦਸਤੇ ਗੱਡੀਆਂ ਸਜਾਣਿਆ ਕਿਸੇ ਬੰਦੇ ਨੂੰ ਅਸੀਂ ਬੁਕੇ ਦੇਨੇ ਆ ਉਹਦੇ ਵਿੱਚ ਇਸਤੇਮਾਲ ਹੁੰਦਾ ਹੈ ਔਰ ਇਹ ਬਿਹਤਰ ਫਸਲ ਹੈ ਬਿਮਾਰੀਆਂ ਘੱਟ ਆਂਦੀਆਂ ਹਨ ਉਤਨੀ ਇਹਦੇ ਉੱਤੇ ਤੱਕੋ ਦੋ ਵੀ ਨਹੀਂ ਕਰਨੀ ਪੈਂਦੀ ਔਰ ਇਹਦਾ ਪ੍ਰਾਫਿਟ ਵੀ ਬਹੁਤ ਜ਼ਿਆਦਾ ਹੈ